ਕੀਤੀ ਹੈ। ਔਰ ਸਾਹਮਣੇ ਇੱਕ ਹੋਰ ਰੇਡ ਦੇ ਲਈ ਨਤਾਸ਼ਾ, ਨਤਾਸ਼ਾ ਰੇਡ ਕਰਨ ਦੇ ਲਈ ਅੱਗੇ ਵੱਧਦੀ ਹੋਈ। ਔਰ ਇੰਡੀਆ ਦੇ ਵਿੱਚ ਵੀ ਬੜਾ ਕਾਮਨ ਹੈ ਇਹ ਨਾਮ, ਔਰ ਸੈਰਾ ਲੋਨ ਦੇ ਵਿੱਚ ਵੀ ਇਹ ਨਾਮ ਕਾਫੀ ਰੱਖਿਆ ਜਾਂਦਾ। ਨਤਾਸ਼ਾ ਰੇਡ ਕਰਦੀ ਹੋਈ ਅੱਗੇ ਵੱਧਦੀ ਹੋਈ, ਔਰ ਜਿਹੜੀਆਂ USA ਦੀਆਂ ਖਿਡਾਰਨਾਂ ਉਹ ਤਕਨੀਕ ਦੇ ਵਿੱਚ ਕਾਫੀ ਪਰਪੱਕ ਨੇ, ਇਸੇ ਕਰਕੇ ਆਪਣੀ ਚੇਨ ਨੂੰ ਪੂਰੀ ਤਰ੍ਹਾਂ ਘੁਮਾਉਂਦੀਆਂ ਹੋਈਆਂ। ਔਰ ਟੱਚ ਕੀਤਾ, ਡਬਲ ਟੱਚ ਕਲੇਮ ਕੀਤਾ, ਔਰ ਅਵਤਾਰ ਕੌਰ ਅੰਪਾਇਰ ਨੇ ਵੀ ਮੋਹਰ ਲਗਾਈ ਕਿ ਅੰਕ ਹੈ ਜਿਹੜਾ ਨਤਾਸ਼ਾ ਦਾ, ਸਿਆਰਾ ਲੋਨ ਦਾ, ਔਰ 36-28 8 ਅੰਕਾਂ ਦਾ ਅੰਤਰ ਸਿਰਫ 4 ਸਟਾਪ ਦਾ। ਇਹ ਹੈ ਉਹ ਖਿਡਾਰਨ ਗੁਰੂ ਅਮਰਤ ਕੌਰ ਹਰੀ ਖਾਲਸਾ ਜਿਸ ਨੇ ਝੰਡਾ ਚਲਾਉਣਾ ਹੈ। ਜਿੱਤ ਦਾ USA ਦਾ ਇਸ ਖਿਡਾਰਨ 'ਤੇ ਹੀ ਨਿਰਭਰ ਕਰ ਰਹੀ ਹੈ। ਬਹੁਤ ਵੱਡੀ ਜਿਹੜੀ ਸਾਬਤ ਹੋਈ ਹੈ, ਔਰ ਚੇਨ ਜਿਹੜੀ ਆਪਣੇ ਆਪ ਬਿਖਰ ਗਈ ਹੈ। ਸਿਆਰਾ ਲਾਉਣ ਦੀਆਂ ਖਿਡਾਰਨਾਂ ਸਹੀ ਸਮੇਂ ਸਿਰ ਚੈੱਕ ਕੀਤਾ ਅੰਪਾਇਰ ਕਮਲਜੀਤ ਕੌਰ ਨੇ, ਔਰ ਅੰਕ ਹੈ ਜਿਹੜਾ ਉਹ USA ਦੇ ਖਾਤੇ ਦੇ ਵਿੱਚ ਜਾਂਦਾ ਹੋਇਆ। ਔਰ ਇਹਦੇ ਨਾਲ ਹੀ ਮੈਚ ਦੀ ਸਮਾਪਤੀ, ਔਰ ਔਰਤਾਂ ਦਾ ਜਿਹੜਾ ਪਹਿਲਾ ਜਿਹੜਾ ਮੈਚ ਹੈ 37 ਦੇ ਮੁਕਾਬਲੇ 28 ਅੰਕਾਂ ਦੇ ਨਾਲ USA ਦੀ ਟੀਮ ਨੇ ਜਿੱਤ ਲਿਆ, ਔਰ ਲੋਕਾਂ ਦੇ ਦਿਲ ਜਿੱਤੇ ਨੇ ਦੋਨੇ ਟੀਮ ਦੀਆਂ ਖਿਡਾਰਨਾਂ ਨੇ। 37-28 ਜਿਹੜਾ 9 ਅੰਕਾਂ ਦੇ ਅੰਤਰ ਦੇ ਨਾਲ USA ਦੀ ਟੀਮ ਨੂੰ ਜਿੱਤ ਹੈ ਜਿਹੜੀ, ਉਸ ਟੀਮ ਨੂੰ ਫਤਿਹ ਹੈ ਜਿਹੜੀ ਨਸੀਬ ਹੋਈ ਹੈ। ਮੁਬਾਰਕਬਾਦ ਹੈ ਇਸ ਟੀਮ ਨੂੰ, ਔਰ ਇਸ ਟੀਮ ਦੇ ਸੰਚਾਲਕ ਮਹਿੰਦਰ ਸਿੰਘ ਸਿੱਧੂ ਹੋਣਾ ਨੂੰ, ਕੋਲਾ ਖਹਿਰਾ ਜਿਹੜੇ ਕਿ ਟੀਮ ਦੇ ਨਾਲ ਆਏ ਨੇ, ਇਸ ਟੀਮ ਦੇ ਜਿਨ੍ਹਾਂ ਨੇ ਇਹ ਟੀਮ ਨੂੰ ਬਣਾਇਆ। ਟੀਮ ਖੁਸ਼ੀ ਮਨਾਉਂਦੀ ਹੋਈ, ਇਹ ਹੈ ਉਹ ਅੰਕੜੇ ਜਿਨ੍ਹਾਂ ਦੇ ਵਿੱਚ 32 ਰੇਡਾਂ ਕਰਨ ਦਾ ਮੌਕਾ ਮਿਲਿਆ USA ਦੀ ਟੀਮ ਨੂੰ, 23 ਅੰਕ ਹਾਸਲ ਕੀਤੇ। ਉੱਧਰ ਦੂਸਰੇ ਪਾਸੇ ਜਿਹੜਾ ਸਿਆਰਾ ਲੋਨ ਹੈ 33 ਰੇਡਾਂ ਕਰਨ ਦਾ ਮੌਕਾ ਮਿਲਿਆ, 19 ਅੰਕ ਹਾਸਲ ਕੀਤੇ। ਇਹ ਸੀ ਅੰਤਰ ਜਿਹਦੇ ਵਿੱਚ 33 ਰੇਡਾਂ ਤੋਂ ਜਿਹੜੀ ਸਟੋਪ ਕਰਨ ਦਾ ਮੌਕਾ ਮਿਲਿਆ USA ਦੀ ਟੀਮ ਨੂੰ, ਔਰ ਉਹਨਾਂ ਨੇ 14 ਨੂੰ ਮੈਚਿਓਰ ਕੀਤਾ। ਔਰ ਦੂਸਰੇ ਪਾਸੇ 32 ਜਿਹੜੇ ਸਟੋਪ ਮਿਲੇ ਸਿਆਰਾ ਲੋਨ ਦੀ ਟੀਮ ਨੂੰ, ਉਹਨਾਂ ਨੇ 9 ਅੰਕ ਬਟੋਰੇ, 5 ਜਿਹੜੀਆਂ ਸਟੋਪ ਦਾ ਅੰਤਰ ਹੈ। ਉਸੇ ਕਰਕੇ ਜਿਹੜਾ ਮੈਚ ਹੈ ਉਹ USA ਦੇ ਪੱਖ ਦੇ ਵਿੱਚ ਜਾਂਦਾ ਹੋਇਆ, ਔਰ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੀਆਂ ਖਿਡਾਰਨਾਂ ਨੇ ਜਿਹੜੀਆਂ ਉਹ ਇੱਕ ਦੂਜੇ ਨੂੰ ਮਿਲਦੀਆਂ ਹੋਈਆਂ, ਔਰ ਇਹ ਨੇ ਉਹ ਝਲਕੀਆਂ ਜਿਨ੍ਹਾਂ ਦੇ ਦੌਰਾਨ ਜਿਹੜਾ ਮੈਚ ਬਹੁਤ ਹੀ ਭਾਰੀ ਭਰਕਮ ਜਿਹੜੀ ਖਿਡਾਰਨ ਹੈ ਉਹਨੂੰ ਵਾਰ ਵਾਰ ਡੱਕਿਆ USA ਦੀ ਖਿਡਾਰਨ ਨੂੰ, ਲਗਾਤਾਰ 3 ਰੇਡਾਂ 'ਤੇ ਪਰ ਉਹ ਅੰਕ ਲੈਣ 'ਚ ਸਫਲ ਰਹੀ। ਇਹ ਹੈ ਮੈਚ ਦਾ ਜਿਹੜਾ ਅੰਤਰ ਗੁਰੂ ਅਮਰਤ ਹਰੀ ਖਾਲਸਾ ਜਿਸ ਨੇ ਅੰਤਰ ਦੇ ਇਸ ਖਿਡਾਰਨ ਦੀ ਖੇਡ ਨੇ ਔਰ ਟੈਨਿਸ ਦੀ ਸਟੋਪ ਨੇ ਇਸ ਮੈਚ ਨੂੰ ਜਿਹੜਾ ਜੇਤੂ ਬਣਾਇਆ। ਔਰ ਇਹ ਹੈ ਉਹ ਸਮਾਂ ਜਦੋਂ ਖਿਡਾਰਨ ਦੀ ਕਿੱਟ ਹੈ ਜਿਹੜੀ ਉਤਰ ਗਈ ਸੀ, ਔਰ ਇੱਕ ਹੋਰ ਟੈਨਿਸ ਦੀ ਖੇਡ ਦਾ ਜਲਵਾ ਔਰ ਸਾਹਮਣੇ, ਔਰ ਜਿਹੜਾ ਇਹ ਖਿਡਾਰਨਾਂ ਸ਼ੁਰੂ 'ਚ ਲੱਗੀਆਂ ਜਿਹੜੀਆਂ 3 ਸਟੋਪ ਨੇ ਉਹ ਜਿਹੜਾ ਅੰਤਰ ਸੀਗਾ ਮੈਚ ਦੇ ਸ਼ੁਰੂ ਦੇ ਵਿੱਚ ਬੜਾ 2 ਅੰਕਾਂ ਦਾ, ਅਤੇ ਇੱਕ ਵਾਰੀ ਮੈਚ ਹੈ ਜਿਹੜਾ ਬਰਾਬਰੀ 'ਤੇ ਵੀ ਪਹੁੰਚ ਗਿਆ ਸੀ, ਔਰ ਜਿਸ ਕਰਕੇ ਮੈਚ 'ਚ ਰੋਚਕਤਾ ਜਿਹੜੀ ਲਗਾਤਾਰ ਬਣੀ ਰਹੀ। ਔਰ ਇਹ ਹੈ ਉਹ ਖਿਡਾਰਨ ਜਿਸ ਨੇ ਮੈਚ ਦੇ ਵਿੱਚ ਸ਼ਾਨਦਾਰ ਸਟੋਪ ਲਗਾਏ, ਫੀਬੇ ਐਨੀ ਅੱਛੀ ਖੇਡ ਦਿਖਾਈ। ਇਹ ਹੈ ਉਹ ਸ਼ੇਰਨੀ ਜਿਸ ਨੇ ਮੈਚ ਨੂੰ ਜਿਹੜਾ ਫਤਿਹ ਕੀਤਾ USA ਦੇ ਲਈ, ਵੱਡਾ ਅੰਤਰ ਜਿਹੜਾ ਨਿਭਾਇਆ। ਔਰ ਦੂਸਰੇ ਪਾਸੇ ਇੱਕ ਵਾਰੀ ਫਿਰ USA ਦੀ ਖਿਡਾਰਨ ਹੈ ਜਿਹੜੀ ਇਸ਼ਾਬਿਲ ਨੇ ਅੰਕ ਜੋੜਿਆ, ਔਰ ਇਹ ਖਿਡਾਰਨ ਹੈ ਆਈ ਜਾਤਾ ਜਿਸ ਨੇ ਸਿਆਰਾ ਲੋਨ ਦੇ ਲਈ ਕੁਝ ਚੰਗੇ ਜਿਹੜੇ ਜੱਫੇ ਨੇ, ਕੁਝ ਪਕੜਾਂ ਨੇ ਉਹ ਦਿਖਾਈਆਂ। ਔਰ ਇਹ ਹੈ ਰੇਡਰ ਉਹ ਖੁਸ਼ੀ ਦੇ ਪਲ ਸਿਆਰਾ ਲੋਨ ਜਦੋਂ ਮੈਚ ਦੇ ਵਿੱਚ ਵਾਪਸੀ ਵੱਲ ਵਧਿਆ ਸੀ, ਔਰ ਇੱਕ ਜ਼ੋਰਦਾਰ ਬੜੇ ਸੋਹਣੇ ਤਰੀਕੇ ਦੇ ਨਾਲ ਖਿਡਾਰਨ ਨੂੰ ਕਲਾਬ ਵਿੱਚ ਲਿਆ ਔਰ ਕੈਂਚੀ ਭਰੀ ਅੰਕ ਜੋੜਿਆ ਆਪਣੀ ਟੀਮ ਦੇ ਲਈ। ਗੁਰੂ ਅਮਰਤ ਹਰੀ ਖਾਲਸਾ, ਸੱਚੇ ਸਹੀ ਅਰਥਾਂ ਦੇ ਵਿੱਚ ਇਸ ਨੇ ਖਾਲਸੇ ਵਾਲੀ ਖੇਡ ਦਿਖਾਈ ਅਤੇ ਆਪਣੀ ਟੀਮ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਅਤੇ 125,000 ਨਾਲ ਲੜਨ ਵਾਲੀ ਜਿਹੜੀ ਗੱਲ ਸੀ ਉਹ ਗੁਰ ਅਮਰਤ ਕੌਰ ਹਰੀ ਖਾਲਸਾ ਨੇ ਇਸ ਮੈਚ ਦੇ ਵਿੱਚ ਦਿਖਾਈ। ਔਰ ਇਹ ਹੈ ਉਹ ਖਿਡਾਰਨ ਜਿਸ ਨੇ ਸਾਥ ਦਿੱਤਾ, ਔਰ ਚਾਲਕ ਸਿੱਖ ਕੌਮ ਦੇ ਜਿਹੜੀ ਜਵਾਨ ਉਹਨਾਂ ਦੀ ਬੱਚੀਆਂ ਦੀ, ਔਰ ਦੂਸਰੇ ਪਾਸੇ ਸਿਆਰਾ ਲਾਉਣ ਦੀ ਟੀਮ ਲਈ ਆਸ ਦੀ ਕਿਰਨ, ਕਦੇ ਕਦਾਈ ਲੱਗਣ ਵਾਲੇ ਜਿਹੜੇ ਸਟੋਪ ਸੀ ਉਹਨਾਂ ਨੇ ਜਗਾਈ ਸੀ। ਸਭ ਤੋਂ ਖੂਬਸੂਰਤ ਸੀਨ ਜੇ ਫੋਟੋਗ੍ਰਾਫੀ ਦੀ ਗੱਲ ਕਰੀਏ, ਕੈਮਰਾਮੈਨ ਦਾ ਕਮਾਲ, ਹੰਧਿਆਂ ਦੇ ਉੱਪਰ ਗੱਲ ਹੋਈ। ਔਰ ਇਹ ਹੈ ਗੁਰ ਅਮਰਤ ਹਰੀ ਖਾਲਸਾ ਨੂੰ ਇੱਕ ਵਾਰੀ ਲੱਗਿਆ ਕਿ ਸਟੋਪ ਲੱਗ ਸਕਦੀ ਹੈ, ਲੇਕਿਨ ਹੰਧਿਆਂ 'ਤੇ ਜਾ ਕੇ ਇਹ ਗੱਲ ਹੋਈ ਸੀ। ਪੇਸਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸਿਆਰਾ ਲਾਉਣ ਦੀ ਖਿਡਾਰਨ ਵੱਲੋਂ, ਗਿੱਟਾ ਫੜਿਆ ਹੋਇਆ ਸਿਆਰਾ ਲਾਉਣ ਦੀ ਖਿਡਾਰਨ ਵੱਲੋਂ, ਲੇਕਿਨ ਪੇਸਰ ਨੇ ਆਪਣੀ ਪੂਰੀ ਪੇਸ ਦਿਖਾਈ ਔਰ ਅੰਕ ਜਿੱਤਿਆ। ਔਰ ਇਹ ਹੈ ਬਾਰਡਰ 'ਤੇ ਜਾ ਕੇ ਗੱਲ ਹੁੰਦੀ ਹੋਈ, ਜਿਹੜਾ ਅੰਕ ਸੀ ਸਿਆਰਾ ਲਾਉਣ ਦੇ ਖਾਤੇ ਦੇ ਵਿੱਚ ਜਾਂਦਾ ਹੋਇਆ, ਸੋਹਣੇ ਅੰਦਾਜ਼ ਦੇ ਵਿੱਚ ਪੇਸਰ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਸਿਆਰਾ ਲਾਉਣ ਵੱਲੋਂ, ਔਰ ਸਫਲ ਵੀ ਹੋਈ ਸੀ। ਸਿਆਰਾ ਲਾਉਣ ਦੀ ਖਿਡਾਰਨ ਰੋਚਕ ਅੰਸ਼ ਮੈਚ ਦੇ ਜਿਨ੍ਹਾਂ ਨੂੰ ਦਰਸ਼ਕ ਹਮੇਸ਼ਾ ਯਾਦ ਰੱਖਣਗੇ, ਔਰ ਸੋਹਣੇ ਤਰੀਕੇ ਦੇ ਨਾਲ ਲਗਾਈਆਂ ਗਈਆਂ ਸਟੋਪ, ਵਧੀਆ ਤਰੀਕੇ ਨਾਲ ਪਾਈਆਂ ਗਈਆਂ ਰੇਡਾਂ। ਨਤਾਸ਼ਾ ਜੂਝਦੀ ਹੋਈ, ਖੇਡਦੀ ਹੋਈ, ਹੱਸਦੀ ਨੱਚਦੀ ਆਪਣੇ ਖਾਤੇ ਦੇ ਵਿੱਚ ਆਈ। ਔਰ ਇਹ ਹੈ ਉਹ ਪਲ ਜਦੋਂ ਪੇਸਰ ਨੂੰ
रोकने की कोशिश की और देखा है अंपायर का जोड़ा सी वो अंक है जोड़ा दिता गया सी सियरा लोन नू और सामने स्टॉप लगाने की कोशिश गुर अमृत हरी खालसा नू लेकिन बड़ी मजबूत पकड़ चो निकल के आई गुरु अमृत हरी खालसा जिसकी बदौलत ये मैच है जोड़ा बनया रहा यूएसए के पक्ष के और जोरदार स्टॉप लगाई गई यूएसए की तरफों और दूसरे पास खिडारन नू चुक के यही जिस तरह यूएसए के खिडारी नाल पिछले मैच के ईरानी खिडारी ने किया उस तरह ही जोड़ा ये दृश्य है इस मैच के भी जोड़ा देखने।